ਸਤਿ ਸ਼੍ਰੀ ਅਕਾਲ ਜੀ, ਤੁਸੀਂ ਪ੍ਰਾਈਮ ਮਿਨਿਸਟਰ ਟੈਲੀਵਿਜ਼ਨ ਦੇਖ ਰਹੇ ਹੋ। ਮੈਂ ਹਾਂ ਸਵਰਨ ਸਿੰਘ ਟਹਿਣਾ ਅਤੇ ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਖਬਰ ਦੀ ਖਬਰ ਲੈ ਕੇ ਹਾਜ਼ਰ ਹਾਂ। ਅਸੀਂ ਕੱਲ੍ਹ ਇਹ ਖਬਰ ਸਾਂਝੀ ਕੀਤੀ ਸੀ ਕਿ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸਮਿਤੀ ਦੀਆਂ ਚੋਣਾਂ ਦੇ ਮੌਕੇ ਕਿਸ ਕਦਰ ਗੁੰਡਾਗਰਦੀ ਹੋਈ ਹੈ। ਅਸੀਂ ਇਹ ਵੀ ਗੱਲ ਕਹੀ ਸੀ ਕਿ ਜੇਕਰ ਪੰਜਾਬ ਦੇ ਵਿੱਚ ਇਹ ਕੁਝ ਜੋ ਚੱਲ ਰਿਹਾ ਬੰਦ ਨਾ ਹੋਇਆ ਤਾਂ ਜਿਹੜੀ ਮਾੜੀ ਮੋਟੀ ਪੰਜਾਬ ਦੇ ਪਿੰਡਾਂ ਦੇ ਵਿੱਚ ਸਾਂਝ ਬਰਕਰਾਰ ਹੈ ਉਹ ਵੀ ਖਿੰਡ ਜਾਣੀ ਆ, ਉਹ ਵੀ ਟੁੱਟ ਜਾਣੀ ਆ, ਕਿਉਂਕਿ ਸਾਡੇ ਰਾਜਨੀਤਿਕ ਲੋਕਾਂ ਨੇ ਸਾਨੂੰ ਅਕਾਲੀ ਵੀ ਬਣਾਤਾ, ਕਾਂਗਰਸੀ ਵੀ ਬਣਾਤਾ, ਆਪ ਵਾਲੇ ਵੀ ਬਣਾਤਾ, ਅਸੀਂ ਭਾਜਪਾ ਵੀ ਹਾਂ, ਅਸੀਂ ਬਸਪਾ ਵਾਲੇ ਵੀ ਹਾਂ, ਅਸੀਂ ਆਜ਼ਾਦ ਵੀ ਹਾਂ, ਪਰ ਅਸੀਂ ਮਨੁੱਖ ਨਹੀਂ ਰਹੇ। ਅਸੀਂ ਰਾਜਨੀਤਿਕ ਰੰਗਣ ਦੇ ਵਿੱਚ ਇਹੋ ਜਿਹੇ ਰੰਗੇ ਗਏ ਹਾਂ ਕਿ ਆਪਣੇ ਮੂਲ ਨੂੰ ਵਿਸਾਰ ਬੈਠੇ ਹਾਂ। ਅਸੀਂ ਕਦੇ ਪੰਜਾਬ ਦੇ ਵਿੱਚ ਰੱਬ ਵਸਣ ਦੀ ਗੱਲ ਕਰਦੇ ਸੀ, ਅੱਜ ਪੰਜਾਬ ਦੇ ਵਿੱਚ ਰੱਬ ਨਹੀਂ ਦਿਸਦਾ, ਅੱਜ ਧਰਮ ਦੇ ਨਾਂ ਦੇ ਉੱਤੇ ਰੌਲੇ ਦਿਸਦੇ ਆ, ਅੱਜ ਰਾਜਨੀਤਿਕ ਪਾਰਟੀਆਂ ਦੇ ਚੱਕਰ ਦੇ ਵਿੱਚ ਰੌਲੇ ਦਿਸਦੇ ਆ, ਅੱਜ ਸ਼ਮਸ਼ਾਨ ਘਾਟਾਂ ਦੇ ਰੌਲੇ ਦਿਸਦੇ ਆ, ਅੱਜ ਧਰਮਸ਼ਾਲਾਵਾਂ ਦੇ ਰੌਲੇ ਦਿਸਦੇ ਆ, ਅੱਜ ਪ੍ਰਧਾਨਗੀਆਂ ਦਾ ਚੱਕਰ ਪੈਂਦਾ, ਅੱਜ ਕੈਸ਼ੀਅਰ ਦਾ ਚੱਕਰ ਪੈਂਦਾ, ਪਰ ਪੰਜਾਬ ਦੇ ਵਿੱਚ ਸਾਂਝ ਨਾਂ ਦੀ ਕੋਈ ਚੀਜ਼ ਸਾਨੂੰ ਘੱਟ ਦਿਖਾਈ ਦਿੰਦੀ ਆ ਪਹਿਲਾਂ ਦੇ ਮੁਕਾਬਲਤਨ। ਅੱਜ ਦੀ ਜਿਹੜੀ ਵੱਡੀ ਖਬਰ ਉਹ ਇਹ ਹੈ ਵੀ ਸੁਖਬੀਰ ਸਿੰਘ ਬਾਦਲ ਵਰਗੇ ਜਿਹੜੇ ਸੀਨੀਅਰ ਨੇਤਾ, ਜਿਹੜੇ ਇੱਕ ਪਾਰਟੀ ਦੇ ਪ੍ਰਧਾਨ ਆ, ਜਿਹੜੇ ਉਪ ਮੁੱਖ ਮੰਤਰੀ ਵੀ ਹੈ ਰਹੇ, ਜਿਹੜੇ ਗ੍ਰਹਿ ਮੰਤਰੀ ਵੀ ਰਹੇ ਪੰਜਾਬ ਸੂਬੇ ਦੇ, ਉਹਨਾਂ ਵਰਗੇ ਲੋਕਾਂ ਦੇ ਵੱਲੋਂ ਜਦੋਂ ਕੱਛਾਂ ਦੇ ਵਿੱਚ ਹੱਥ ਦੇ ਕੇ ਇਹ ਦੇਖਿਆ ਜਾਵੇ ਕਿ ਚਲੋ ਸੋਹਣੇ ਤਰੀਕੇ ਨਾਲ ਸਾਡੇ ਸਮਰਥਕ ਵਿਰੋਧੀਆਂ ਨੂੰ ਕੁੱਟਦੇ ਆ, ਤਾਂ ਉਸ ਤੋਂ ਬਾਅਦ ਕੀ ਕਿਹਾ ਜਾਵੇ ਅਤੇ ਕੀ ਨਾ ਕਿਹਾ ਜਾਵੇ। ਸਾਡੇ ਰਾਜਨੀਤਿਕ ਲੋਕ ਇਸ ਗੱਲ ਨੂੰ ਵਿਸਾਰ ਬਹਿੰਦੇ ਆ ਵੀ ਅਸੀਂ ਵੱਖ ਵੱਖ ਪਾਰਟੀਆਂ ਦੇ ਆਗੂ ਬਾਅਦ ਦੇ ਵਿੱਚ ਹਾਂ, ਪਹਿਲਾਂ ਅਸੀਂ ਪੰਜਾਬੀ ਹਾਂ, ਪਹਿਲਾਂ ਅਸੀਂ ਲੋਕਾਂ ਦੇ ਪ੍ਰਤੀ ਜਵਾਬਦੇਹ ਹਾਂ, ਕਿਉਂਕਿ ਅਸੀਂ ਲੋਕਾਂ ਦੇ ਕਰਕੇ ਹਾਂ। ਜੇਕਰ ਲੋਕ ਸਾਨੂੰ ਨਾ ਪਿਆਰ ਦੇਣਗੇ, ਜੇਕਰ ਲੋਕ ਸਾਨੂੰ ਨਾ ਵੋਟ ਪਾਉਣਗੇ ਤਾਂ ਸਾਡਾ ਵਜੂਦ ਕੀ ਹੈ। ਜਿਸ ਤਰੀਕੇ ਨਾਲ ਪਿੰਡ ਕਿਲਿਆਂਵਾਲੀ ਦੇ ਵਿੱਚ 19 ਤਰੀਕ ਨੂੰ, ਯਾਨੀ ਕਿ ਜਿਸ ਦਿਨ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸਮਿਤੀ ਦੀਆਂ ਵੋਟਾਂ ਪਾਈਆਂ, ਉਸ ਦਿਨ ਕਾਫਲੇ ਦੇ ਸਮੇਤ ਇੱਕ ਥਾਂ ਦੇ ਉੱਤੇ ਆਏ ਕਿਲਿਆਂਵਾਲੀ ਪਿੰਡ ਦੇ ਵਿੱਚ ਬੂਥ ਦੇ ਉੱਤੇ ਸੁਖਬੀਰ ਸਿੰਘ ਬਾਦਲ ਦੇ ਨਾਲ ਕਈ ਗੱਡੀਆਂ ਦਾ ਕਾਫਲਾ ਸੀ। ਉਹ ਤਾਕੀ ਖੋਲ੍ਹ ਕੇ ਬਾਹਰ ਨਿਕਲਦੇ ਆ, ਤਾਕੀ ਦੇ ਕੋਲੇ ਹੀ ਖੜ੍ਹ ਜਾਂਦੇ, ਗੱਡੀ ਦੇ ਕੋਲੇ ਖੜ੍ਹ ਜਾਂਦੇ ਆ। ਇਹਨਾਂ ਦੇ 25-30 ਦੇ ਕਰੀਬ ਸਮਰਥਕ ਆ ਜਿਹੜੇ, ਉਹ ਇੱਕ ਕਾਂਗਰਸੀ ਦੇ ਉੱਤੇ ਟੁੱਟ ਪੈਂਦੇ ਆ ਅਤੇ ਉਹਨੂੰ ਛੱਲੀ ਵਾਂਗੂ ਕੁੱਟਦੇ ਆ। ਸੋ ਉਸ ਤੋਂ ਬਾਅਦ ਕਈ ਕਿਸਮ ਦੀ ਚਰਚਾ ਛਿੜ ਪਈ ਹੈ ਕਿ ਜਨਾਬ ਕੱਛਾਂ ਦੇ ਵਿੱਚ ਹੱਥ ਦੇ ਕੇ ਆਪਣੀਆਂ ਅੱਖਾਂ ਦੇ ਸਾਹਮਣੇ ਆਪਣੇ ਸਮਰਥਕਾਂ ਦੇ ਕੋਲੋਂ ਵਿਰੋਧੀਆਂ ਨੂੰ ਕਿਹੜੀ ਗੱਲੋਂ ਕਟਵਾਉਂਦੇ ਆ। ਕੀ ਜਨਾਬ ਨੂੰ ਇਹ ਨਹੀਂ ਜਾਪਦਾ ਕਿ ਇੱਦਾਂ ਪੰਜਾਬ ਦੇ ਵਿੱਚ ਅਮਨ ਭਾਈਚਾਰਕ ਸਾਂਝ ਟੁੱਟ ਜਾਂਦੀ ਹੈ? ਕੀ ਜਨਾਬ ਨੂੰ ਇਹ ਨਹੀਂ ਜਾਪਦਾ ਕਿ ਜ਼ਿੰਮੇਵਾਰੀ ਨਿਭਾਉਂਦਿਆਂ ਲੜਨ ਵਾਲਿਆਂ ਨੂੰ ਛੁਡਾਇਆ ਜਾਵੇ, ਨਾ ਕਿ ਇੱਕ ਪਾਸੇ ਖੜ੍ਹ ਕੇ ਤਮਾਸ਼ਾ ਦੇਖਿਆ ਜਾਵੇ? ਉਹ ਕਿਹੜੇ ਕਾਰਨ ਆ ਜਿਹਦੇ ਕਰਕੇ ਸੁਖਬੀਰ ਸਿੰਘ ਬਾਦਲ ਨੂੰ ਇਹ ਗੁੰਡਾਗਰਦੀ ਪਸੰਦ ਆਈ ਹੈ? ਉਹ ਕਿਹੜੇ ਕਾਰਨ ਆ ਜਿਹਦੇ ਕਰਕੇ ਸੁਖਬੀਰ ਸਿੰਘ ਬਾਦਲ ਨੇ ਲੜਨ ਵਾਲਿਆਂ ਨੂੰ, ਕੁੱਟਣ ਵਾਲਿਆਂ ਨੂੰ ਰੋਕਿਆ ਨਹੀਂ? ਉਹ ਕਿਹੜੇ ਕਾਰਨ ਆ ਜਿਹਦੇ ਕਰਕੇ ਸੁਖਬੀਰ ਸਿੰਘ ਬਾਦਲ ਦੇ ਅੰਦਰ ਨਫ਼ਰਤ ਦੀ ਅੱਗ ਇਸ ਕਦਰ ਬਲ ਰਹੀ ਸੀ ਕਿ ਚਲੋ ਕੋਈ ਗੱਲ ਨਹੀਂ, ਕੁੱਟ ਦਿਓ, ਮਿਰਗਾ ਅੱਖਾਂ ਦੇ ਸਾਹਮਣੇ ਕੁੱਟੋ, ਮੈਂ ਤੁਹਾਡੇ ਨਾਲ ਹਾਂ। ਸੁਖਬੀਰ ਬਾਦਲ ਦੇ ਉੱਤੇ ਪਰਚਾ ਦਰਜ ਹੋ ਗਿਆ ਕਈ ਧਾਰਾਵਾਂ ਦੇ ਤਹਿਤ, ਅਤੇ ਹੁਣ ਕਈ ਅਕਾਲੀ ਆਗੂਆਂ ਦੇ ਬਿਆਨ ਆਏ ਆ ਕਿ ਅਸੀਂ ਪਰਚਿਆਂ ਤੋਂ ਡਰਨ ਵਾਲੇ ਨਹੀਂ ਹਾਂ। ਅਕਾਲੀ ਦਲ ਨੇ ਬਹੁਤ ਸਾਰੀਆਂ ਮੁਸ਼ਕਲਾਂ ਦੇ ਨਾਲ ਮੱਥਾ ਲਾ ਕੇ ਅੱਜ ਵਾਲਾ ਮੁਕਾਮ ਹਾਸਲ ਕੀਤਾ, ਸਾਡੇ ਨਾਲ ਧੱਕੇਸ਼ਾਹੀ ਹੋਈ ਹੈ, ਸਾਡੇ ਨਾਲ ਗੁੰਡਾਗਰਦੀ ਕੀਤੀ ਗਈ ਹੈ। ਇਹ ਚੋਣ ਜਿੱਤਣ ਦੇ ਲਈ ਬਹੁਤ ਹਰਬੇ ਵਰਤੇ ਆ ਕਾਂਗਰਸ ਨੇ। ਮੈਂ ਮੰਨਦਾ ਬਿਲਕੁਲ ਸਹੀ ਗੱਲ ਹੈ ਕਿ ਕਾਂਗਰਸ ਦੇ ਵੱਲੋਂ ਵੀ ਧੱਕੇਸ਼ਾਹੀਆਂ ਕੀਤੀਆਂ ਗਈਆਂ, ਥਾਂ ਥਾਂ ਦੇ ਉੱਤੇ ਬੜਾ ਕੁਝ ਹੋਇਆ ਜਿਹਦੇ ਪ੍ਰਸੰਗ ਦੇ ਵਿੱਚ ਅਸੀਂ ਕੱਲ੍ਹ ਗੱਲ ਕੀਤੀ ਸੀ, ਪਰ ਜਿਹੜੀ ਵੀਡੀਓ ਸਭ ਦੇ ਸਾਹਮਣੇ ਆ ਉਹਨੂੰ ਆਪਾਂ ਕਿਵੇਂ ਝੁਠਲਾ ਸਕਦੇ ਹਾਂ? ਵੈਸੇ ਤਾਂ ਅੱਜ ਕੱਲ੍ਹ ਵੀਡੀਓ ਵੀ ਝੁਠਲਾ ਦਿੱਤੀ ਜਾਂਦੀ ਹੈ, ਕਹਿ ਦਿੱਤਾ ਜਾਂਦਾ ਜੀ ਫੋਟੋਸ਼ਾਪ ਦੇ ਵਿੱਚ ਜਾ ਕੇ ਆਹ ਗੱਲ ਕਰ ਦਿੱਤੀ, ਮੈਂ ਤਾਂ ਇੱਥੇ ਹੈ ਹੀ ਨਹੀਂ, ਇਹ ਤਾਂ ਆਹ ਗੱਲ ਬਣਾ ਦਿੱਤੀ, ਵਿਚਲੇ ਹਿੱਸੇ ਕੱਟ ਕੇ ਹੋਰ ਹੀ ਕੁਝ ਜੋੜ ਕੇ ਅਤੇ ਮੇਰਾ ਅਕਸ ਵਿਗਾੜਨ ਦੀ ਕੋਸ਼ਿਸ਼ ਕੀਤੀ ਗਈ ਹੈ। ਪਰ ਜੋ ਅਸੀਂ ਵੀਡੀਓ ਦੇਖੀ ਹੈ, ਜੋ ਹੁਣ ਦਰਸ਼ਕ ਵੀ ਦੇਖਣਗੇ, ਉਸ ਵੀਡੀਓ ਦੇ ਵਿੱਚ ਸੁਖਬੀਰ ਸਿੰਘ ਬਾਦਲ ਆਰਾਮ ਨਾਲ ਖੜ੍ਹੇ ਨਜ਼ਰ ਆ ਰਹੇ ਆ। ਉਹਨਾਂ ਨੂੰ ਇਸ ਗੱਲ ਦਾ ਕੋਈ ਫਿਕਰ ਨਜ਼ਰ ਨਹੀਂ ਆ ਰਿਹਾ ਕਿ ਸਾਡੇ ਪੰਜਾਬੀ ਇੱਕ ਦੂਜੇ ਦੇ ਨਾਲ ਲੜ ਰਹੇ ਆ, ਸਾਡੀ ਪਾਰਟੀ ਦੇ ਜਿਹੜੇ ਸਮਰਥਕ ਹੈ ਉਹ ਚਿੱਟੀਆਂ ਪੱਗਾਂ ਵਾਲਿਆਂ ਨੂੰ ਕੁੱਟ ਰਹੇ ਆ। ਚਿੱਟੀਆਂ ਵਾਲੇ ਵੀ ਉਹੋ ਜਿਹੇ ਆ, ਨੀਲੀਆਂ ਵਾਲੇ ਵੀ ਉਹੋ ਜਿਹੇ ਆ, ਪਰ ਆਪਣੀਆਂ ਅੱਖਾਂ ਦੇ ਸਾਹਮਣੇ ਜਦੋਂ ਸਾਰਾ ਕੁਝ ਇਹ ਕਰਾਉਂਦੇ ਹੋਣ ਤਾਂ ਦੁੱਖ ਹੋਣਾ ਕੁਦਰਤੀ ਹੈ। ਅਤੇ ਜਿਹੜੀ ਰਿਪੋਰਟ ਸਾਡੇ ਤੱਕ ਅਪੜੀ ਹੈ ਉਹਦਾ ਵੇਰਵਾ ਇਸ ਤਰੀਕੇ ਨਾਲ ਕਿ ਚੋਣਾਂ ਦੇ ਵਿੱਚ ਭਾਵੇਂ ਅਕਾਲੀ ਕਾਂਗਰਸੀਆਂ ਉੱਤੇ ਧੱਕੇਸ਼ਾਹੀ ਦੇ ਦੋਸ਼ ਲਾ ਰਹੇ ਨੇ, ਪਰ ਇੱਕ ਅਜਿਹਾ ਵੀਡੀਓ ਵਾਇਰਲ ਹੋਇਆ ਜਿਸ ਨੇ ਇਹਨਾਂ ਦੋਸ਼ਾਂ ਦਾ ਪਾਸਾ ਹੀ ਪਲਟ ਦਿੱਤਾ। ਮੁਕਤਸਰ ਸਾਹਿਬ ਦੇ ਪਿੰਡ ਕਿਲਿਆਂਵਾਲੀ ਤੋਂ ਇਹ ਵੀਡੀਓ ਵਾਇਰਲ ਹੋਇਆ ਹੈ ਜਿੱਥੇ ਸੁਖਬੀਰ ਦੀ ਗੱਡੀ ਆਉਂਦੀ ਹੈ। ਸੁਖਬੀਰ ਦੇ ਗੱਡੀ ਵਿੱਚੋਂ ਉਤਰਦੇ ਹੀ 30-40 ਬੰਦੇ ਕਾਂਗਰਸੀਆਂ ਦੇ ਗਲ ਪੈ ਜਾਂਦੇ ਨੇ। ਬਾਦਲ ਦੇ ਸੁਰੱਖਿਆ ਗਾਰਡ ਵੀ ਇੱਧਰ ਉੱਧਰ ਭੱਜਦੇ ਨਜ਼ਰ ਆਉਂਦੇ ਨੇ। ਹਸਪਤਾਲ ਦੇ ਵਿੱਚ ਦਾਖਲ ਕਾਂਗਰਸੀਆਂ ਨੇ ਦੋਸ਼ ਲਾਇਆ ਕਿ ਉਹ ਚੁੱਪ ਚਾਪ ਬੈਠੇ ਸਨ, ਅਚਾਨਕ ਸੁਖਬੀਰ ਦੀ ਗੱਡੀ ਆਈ ਅਤੇ ਉਹਨਾਂ ਨੂੰ ਘੇਰਾ ਪਾ ਲਿਆ। ਅਚਾਨਕ ਫੜੋ ਫੜੀ ਕਰਦੇ 40 ਬੰਦੇ ਉਹਨਾਂ ਦੇ ਮਗਰ ਪੈ ਗਏ ਅਤੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ।
ਉਹ ਸਕੂਲ ਦੇ ਬਾਹਰ ਖੜ੍ਹੇ ਸੀ। ਉਹਨਾਂ ਨੇ ਦੋਸ਼ ਲਾਇਆ ਕਿ ਸੁਖਬੀਰ ਦੀ ਸ਼ਹਿ ਦੇ ਉੱਤੇ ਹੋਇਆ ਹੈ ਇਹ ਸਭ ਕੁਝ। ਕਾਂਗਰਸੀਆਂ ਦਾ ਇਹ ਵੀ ਦੋਸ਼ ਹੈ ਕਿ ਸੁਖਬੀਰ ਨੇ ਆਪ ਇੱਕ ਕਾਂਗਰਸੀ ਆਗੂ ਦੀ ਕੁੱਟਮਾਰ ਕੀਤੀ ਅਤੇ ਇਨੋਵਾ ਗੱਡੀ ਦੇ ਸ਼ੀਸ਼ੇ ਤੋੜੇ ਨੇ। ਮੰਡੀ ਕਿਲਿਆਂਵਾਲੀ ਵਿਖੇ ਕਾਂਗਰਸੀ ਉਮੀਦਵਾਰ ਦੇ ਸਮਰਥਕ ਰਜਿੰਦਰ ਸਿੰਘ ਦੀ ਮਾਰਕੁੱਟ ਦੇ ਮਾਮਲੇ ਵਿੱਚ ਸੁਖਬੀਰ ਸਿੰਘ ਬਾਦਲ ਅਤੇ ਹੋਰਨਾਂ ਅਣਗਿਣਤ ਅਣਪਛਾਤਿਆਂ ਦੇ ਖਿਲਾਫ ਪਰਚਾ ਦਰਜ ਕੀਤਾ ਗਿਆ। ਲੰਬੀ ਪੁਲਿਸ ਨੇ ਜਤਿੰਦਰ ਸਿੰਘ ਵਾਸੀ ਚੱਕ ਮਿੱਡੂ ਸਿੰਘ ਵਾਲਾ ਦੀ ਸ਼ਿਕਾਇਤ 'ਤੇ ਧਾਰਾ 323, 341, 506, 148, 149 ਅਤੇ 427 ਦੇ ਤਹਿਤ ਪਰਚਾ ਦਰਜ ਕੀਤਾ ਹੈ। ਇਸ ਖਬਰ ਦੇ ਉੱਤੇ ਟਿੱਪਣੀ ਕਰਦਿਆਂ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ, ਜਿਹੜੀ ਵੀ ਪਾਰਟੀ ਦੀ ਸੂਬੇ ਦੇ ਵਿੱਚ ਸਰਕਾਰ ਹੁੰਦੀ ਹੈ, ਸਥਾਨਕ ਚੋਣਾਂ ਤਕਰੀਬਨ ਉਹਦੀ ਝੋਲੀ ਦੇ ਵਿੱਚ ਹੀ ਪੈਂਦੀਆਂ। ਪਰ ਸਵਾਲਾਂ ਦਾ ਸਵਾਲ ਇਹ ਪੈਦਾ ਹੁੰਦਾ ਹੈ ਬਈ ਇਹਦੇ ਨਾਲ ਜੋ ਲੜਾਈਆਂ ਹੋਈਆਂ, ਇਹਦੇ ਨਾਲ ਜੋ ਪਿੰਡਾਂ ਦੇ ਵਿੱਚ ਭਾਈਚਾਰਕ ਸਾਂਝ ਦੇ ਵਿੱਚ ਤ੍ਰਿੜ ਆਈ ਹੈ, ਨਾ ਤਾਂ ਕਦੇ ਪੰਜਾਬ ਦੇ ਲੋਕਾਂ ਦਾ ਭਲਾ ਹੋਇਆ ਅਤੇ ਨਾ ਹੀ ਕਦੇ ਪੰਜਾਬ ਦੇ ਲੋਕਾਂ ਦਾ ਭਲਾ ਹੋਣ ਦੀ ਸੰਭਾਵਨਾ ਹੈ। ਜੇਕਰ ਅਸੀਂ ਅਕਾਲੀਆਂ ਨੂੰ ਕਹਿੰਦੇ ਹਾਂ ਤਾਂ ਕਾਂਗਰਸ ਪੱਖੀ ਕਹਿ ਦਿੰਦੇ ਆ ਕਿ ਜੀ ਹੁਣ ਤਾਂ ਮਾਹੌਲ ਤੁਹਾਨੂੰ ਖਰਾਬ ਜਾਪਦਾ, ਪਹਿਲਾਂ ਤੁਹਾਨੂੰ ਮਾਹੌਲ ਖਰਾਬ ਨਹੀਂ ਸੀ ਜਾਪਦਾ। ਜੇ ਦੂਜਿਆਂ ਨੂੰ ਕਹਿੰਦੇ ਹਾਂ ਤਾਂ ਉਹ ਕਹਿੰਦੇ ਜੀ ਇਹ ਪਹਿਲੇ ਕਿਹੜਾ ਚੰਗੇ ਸੀ, ਹੁਣ ਤੁਹਾਨੂੰ ਮਾਹੌਲ ਇਉਂ ਜਾਪਦਾ, ਪਹਿਲਾਂ ਇਉਂ ਕਿਉਂ ਨਹੀਂ ਸੀ ਜਾਪਦਾ। ਕਹਿਣ ਦਾ ਭਾਵ ਇਹ ਹੈ ਕਿ ਹੈਗੇ ਸਾਰੇ ਇੱਕੋ ਜਿਹੀ ਹੈ, 19-21 ਦਾ ਫਰਕ ਹੋਊਗਾ। ਗੁੰਡਾਗਰਦੀ ਦੇ ਸਿਰ ਦੇ ਉੱਤੇ ਚੋਣਾਂ ਲੜੀਆਂ ਜਾਂਦੀਆਂ ਅਤੇ ਜਿੱਤੀਆਂ ਜਾਂਦੀਆਂ, ਅਤੇ ਗੁੰਡਾਗਰਦੀ ਦੇ ਇਸ ਰਾਜ ਦੇ ਵਿੱਚ ਆਮ ਸਧਾਰਨ ਵਿਅਕਤੀ ਜਿਹੜਾ ਜੋ ਕਮਾਉਂਦਾ ਸੋ ਖਾਂਦਾ ਹੈ, ਉਹ ਰਾਜਨੀਤੀ ਦੇ ਵਿੱਚ ਪੈਰ ਧਰਨ ਦੇ ਬਾਬਤ ਕਦੇ ਕਿਆਸ ਵੀ ਨਹੀਂ ਕਰ ਸਕਦਾ। ਸੁਖਬੀਰ ਸਿੰਘ ਬਾਦਲ ਦੇ ਉੱਤੇ ਹੁਣ ਪਰਚਾ ਦਰਜ ਹੋਇਆ ਵੱਖ ਵੱਖ ਧਾਰਾਵਾਂ ਦੇ ਤਹਿਤ। ਅੱਜ ਡਾਕਟਰ ਦਲਜੀਤ ਸਿੰਘ ਚੀਮਾ, ਜਿਹੜੇ ਕਿ ਅਕਾਲੀ ਦਲ ਦੀ ਸਰਕਾਰ ਦੇ ਮੌਕੇ ਸਿੱਖਿਆ ਮੰਤਰੀ ਸੀ, ਉਹਨਾਂ ਨੇ ਕਿਹਾ ਜੀ ਕਿ ਇਹ ਇੱਕ ਪ੍ਰੀ ਪਲੈਂਡ ਤਰੀਕਾ ਅਪਣਾਇਆ ਗਿਆ, ਕਾਂਗਰਸ ਦੇ ਵੱਲੋਂ ਜਾਣ ਬੁੱਝ ਕੇ ਇੱਕ ਸਾਜਿਸ਼ ਦੇ ਤਹਿਤ ਇੱਥੇ ਲੜਾਈ ਝਗੜਾ ਕਰਵਾਇਆ ਗਿਆ ਅਤੇ ਸੁਖਬੀਰ ਸਿੰਘ ਬਾਦਲ ਦੇ ਉੱਤੇ ਝੂਠਾ ਅਤੇ ਗਲਤ ਪਰਚਾ ਦਰਜ ਕਰਵਾਇਆ ਗਿਆ। ਦੂਜੇ ਪਾਸੇ ਜਿਹੜੇ ਕਾਂਗਰਸ ਦੇ ਆਗੂ ਨੇ, ਉਹਨਾਂ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਆਪਣੀ ਸਰਕਾਰ ਦੇ ਮੌਕੇ ਵੀ ਇੱਦਾਂ ਕੋਲੇ ਖੜ੍ਹ ਕੇ ਗੁੰਡਾਗਰਦੀ ਕਰਵਾਉਂਦੇ ਸੀ ਅਤੇ ਅੱਜ ਵੀ ਇਹਨਾਂ ਨੇ ਇਹੀ ਕਰਵਾਈ ਹੈ। ਗੁਰਜੀਤ ਸਿੰਘ ਔਜਲਾ, ਜਿਹੜੇ ਕਿ ਅੰਮ੍ਰਿਤਸਰ ਤੋਂ ਲੋਕ ਸਭਾ ਦੇ ਮੈਂਬਰ ਨੇ, ਉਹਨਾਂ ਨੇ ਇਹ ਗੱਲ ਕਹੀ ਹੈ ਕਿ ਹਾਲੇ ਤੱਕ ਸੁਖਬੀਰ ਬਾਦਲ ਦੀ ਖੁਮਾਰੀ ਉਤਰੀ ਨਹੀਂ। ਇਹ ਇਸ ਗੱਲ ਨੂੰ ਹਾਲੇ ਤੱਕ ਸਮਝ ਨਹੀਂ ਸਕੇ ਕਿ ਹੁਣ ਇਹਨਾਂ ਦੀ ਸਰਕਾਰ ਨਹੀਂ, ਹੁਣ ਇਹਨਾਂ ਨੂੰ ਇਸ ਗੱਲ ਦਾ ਅੰਦਾਜ਼ਾ ਲਾਉਣਾ ਔਖਾ ਹੋਇਆ ਪਿਆ ਵੀ ਸਾਡਾ ਬਣੀ ਕੀ ਜਾਂਦਾ ਅਤੇ ਸਾਡਾ ਬਣੂਗਾ ਕੀ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਸੁਖਬੀਰ ਬਾਦਲ ਜਿਸ ਤਰੀਕੇ ਦੇ ਨਾਲ ਕੱਛਾਂ ਦੇ ਵਿੱਚ ਹੱਥ ਦੇ ਕੇ ਖੜ੍ਹੇ ਆ ਅਤੇ ਆਪਣੀਆਂ ਅੱਖਾਂ ਦੇ ਸਾਹਮਣੇ ਬੰਦੇ ਕੁਟਵਾ ਰਹੇ ਆ, ਇਹਨਾਂ ਨੂੰ ਸੰਗ ਨਹੀਂ ਆਈ ਇਸ ਮਾਮਲੇ ਦੇ ਉੱਤੇ ਵੀ ਸੂਬੇ ਦਾ ਇੱਕ ਜ਼ਿੰਮੇਵਾਰ ਨੇਤਾ ਉਹ ਕਿਸੇ ਨੂੰ ਰੋਕਣ ਟੋਕਣ ਦੀ ਥਾਂ ਦੇ ਉੱਤੇ, ਦਬਕਾ ਮਾਰਨ ਦੀ ਥਾਂ ਦੇ ਉੱਤੇ ਕਹਿੰਦਾ ਵੀ ਚੱਕ ਦਿਓ ਫੱਟੇ, ਜਿਵੇਂ ਤੁਹਾਨੂੰ ਠੀਕ ਲੱਗਦਾ ਉਵੇਂ ਕਰ ਦਿਓ। ਇੱਥੋਂ ਪਤਾ ਲੱਗਦਾ ਕਿ ਰਾਜਨੀਤੀ ਕਿਹੜੇ ਪੱਧਰ 'ਤੇ ਪਹੁੰਚ ਗਈ ਹੈ। ਇਹ ਸਾਰਾ ਕੁਝ ਅਸੀਂ ਫਿਲਮਾਂ ਦੇ ਵਿੱਚ ਦੇਖਦੇ ਹੁੰਦੇ ਸੀ, ਜੋ ਅਸੀਂ ਵੀਡੀਓ ਦੇ ਵਿੱਚ ਅੱਜ ਦੇਖਿਆ। ਇਸ ਕੁਝ ਕੁ ਮਿੰਟ ਦੀ ਵੀਡੀਓ ਦੇ ਵਿੱਚ ਜਿਹੜੇ ਜ਼ਖਮੀ ਹੋਏ ਆ, ਫੱਟੜ ਹੋਏ ਆ ਕੁੱਟ ਖਾ ਕੇ, ਉਹਨਾਂ ਨੇ ਹਸਪਤਾਲ ਦੇ ਵਿੱਚ ਬੈੱਡਾਂ ਦੇ ਉੱਤੇ ਪਿਆ ਹੋਇਆ ਕਈ ਕੁਝ ਦੱਸਿਆ। ਜੇਕਰ ਉਹਨਾਂ ਦੀਆਂ ਸਾਰੀਆਂ ਗੱਲਾਂ ਦੇ ਉੱਤੇ ਯਕੀਨ ਨਾ ਵੀ ਕਰੀਏ ਤਾਂ ਜੋ ਕੁਝ ਸਾਨੂੰ ਵੀਡੀਓ ਦੇ ਵਿੱਚ ਦਿਸ ਰਿਹਾ ਉਹਦੇ ਉੱਤੇ ਤਾਂ ਹੂ ਬਹੂ ਯਕੀਨ ਕਰਨਾ ਬਣਦਾ। ਅਤੇ ਉਸ ਵੀਡੀਓ ਨੂੰ ਦੇਖ ਕੇ ਇਹ ਜਾਪਦਾ ਨਹੀਂ ਕਿ ਸੁਖਬੀਰ ਸਿੰਘ ਬਾਦਲ ਇੱਕ ਜ਼ਿੰਮੇਵਾਰ ਨੇਤਾ ਵਾਲੀ ਭੂਮਿਕਾ ਅਦਾ ਕਰ ਰਹੇ ਆ। ਭਾਵੇਂ ਤੁਹਾਨੂੰ ਇਹ ਜਾਪਦਾ ਹੋਵੇ ਕਿ ਕਾਂਗਰਸੀ ਧੱਕਾ ਕਰ ਰਹੇ ਆ, ਪਰ ਤੁਸੀਂ ਉਹਨਾਂ ਦੇ ਉੱਤੇ ਹਮਲਾ ਕਰਨ ਦਾ ਕੋਈ ਹੱਕ ਨਹੀਂ ਰੱਖਦੇ। ਤੁਸੀਂ ਚੋਣ ਕਮਿਸ਼ਨ ਦੇ ਕੋਲ ਸ਼ਿਕਾਇਤ ਕਰ ਸਕਦੇ ਆ, ਇਹੀ ਚੋਣ ਕਮਿਸ਼ਨ ਦੇ ਉੱਤੇ ਤੁਸੀਂ ਹੁਣ ਤੱਕ ਮਾਣ ਕਰਦੇ ਰਹੇ ਹੋ। ਅਤੇ ਹੁਣ ਜੇਕਰ ਕਾਂਗਰਸ ਦੀ ਸਰਕਾਰ ਆ ਗਈ, ਤੁਸੀਂ ਕਹਿੰਦੇ ਹੋ ਵੀ ਚੋਣ ਕਮਿਸ਼ਨ ਵੀ ਬਦਲ ਗਿਆ, ਚੋਣ ਕਮਿਸ਼ਨ ਜ਼ਿੰਮੇਵਾਰੀਆਂ ਤੋਂ ਭੱਜ ਗਿਆ। ਇਹੀ ਗੱਲਾਂ ਪਹਿਲਾਂ ਕਾਂਗਰਸੀ ਕਰਦੇ ਹੁੰਦੇ ਸੀ, ਹੁਣ ਉਹ ਕਹਿੰਦੇ ਚੋਣ ਕਮਿਸ਼ਨ ਜ਼ਿੰਮੇਵਾਰੀ ਬਹੁਤ ਹੈ। ਇਹ ਇੱਕ ਪਖੰਡ ਹੈ, ਇਹ ਇੱਕ ਡਰਾਮਾ। ਇਸ ਡਰਾਮੇ ਨੂੰ ਪੰਜਾਬ ਦੇ ਲੋਕ ਕਦੇ ਸਮਝ ਨਹੀਂ ਸਕੇ, ਸਾਨੂੰ ਇਸ ਗੱਲ ਦਾ ਦੁੱਖ ਹੈ। ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸਮਿਤੀ ਦੀਆਂ ਇਹਨਾਂ ਚੋਣਾਂ ਦੇ ਨਤੀਜੇ ਨੇ ਜਿਹੜੇ ਉਹ 22 ਤਰੀਕ ਨੂੰ ਆ ਜਾਣੇ, ਯਾਨੀ ਕਿ ਕੁਝ ਕੁ ਘੰਟਿਆਂ ਬਾਅਦ ਇਹਨਾਂ ਚੋਣਾਂ ਦੇ ਨਤੀਜੇ ਸਭ ਦੇ ਸਾਹਮਣੇ ਹੋਣੇ ਆ। ਪਰ ਉਹ ਨਤੀਜੇ ਆਉਣ ਤੋਂ ਪਹਿਲਾਂ ਜੋ ਜੋ ਨਤੀਜਿਆਂ ਦੇ ਰੂਪ ਦੇ ਵਿੱਚ ਤੁਹਾਨੂੰ ਸਾਨੂੰ ਸਭ ਨੂੰ ਦੇਖਣ ਨੂੰ ਮਿਲਿਆ, ਭਾਵੇਂ ਉਹ ਗੋਲੀਆਂ ਦੇ ਰੂਪ 'ਚ ਹੋਵੇ, ਭਾਵੇਂ ਗੰਡਾਸੇ ਚੱਲਣ ਦੇ ਰੂਪ ਦੇ ਵਿੱਚ ਹੋਵੇ, ਭਾਵੇਂ ਇੱਟਾਂ ਚੱਲਣ ਦੇ ਰੂਪ ਦੇ ਵਿੱਚ ਹੋਵੇ, ਭਾਵੇਂ ਹੱਥੋਂ ਪਾਈ ਹੋਣ ਦੇ ਰੂਪ ਦੇ ਵਿੱਚ ਹੋਵੇ ਅਤੇ ਭਾਵੇਂ ਕੋਈ ਹੋਰ ਹਥਿਆਰ ਦੀ ਵਰਤੋਂ ਕੀਤੀ ਗਈ ਹੋਵੇ, ਉੱਥੋਂ ਪਤਾ ਲੱਗਦਾ ਕਿ ਚੋਣਾਂ ਜਿੱਤਣ ਵਾਲੇ ਜਿੱਤ ਜਾਣਗੇ, ਪਰ ਅਸੀਂ ਆਪਣੇ ਮੂਲ ਨੂੰ ਹਾਰ ਚੁੱਕੇ ਹਾਂ। ਅਸੀਂ ਉਹ ਪੰਜਾਬੀ ਨਹੀਂ ਰਹੇ ਜਿਨ੍ਹਾਂ ਦੇ ਵਿੱਚ ਅਪਣੱਤ ਸੀ, ਅਸੀਂ ਉਹ ਪੰਜਾਬੀ ਨਹੀਂ ਰਹੇ ਜਿਹੜੇ ਕਿਸੇ ਗੁਆਂਢੀ ਦੀ ਮੁਸ਼ਕਲ ਨੂੰ ਆਪਣੀ ਮੁਸ਼ਕਲ ਸਮਝਦੇ ਹੁੰਦੇ ਸੀ। ਅਸੀਂ ਇਸ ਵਕਤ ਇੰਨੇ ਕੁ ਖੂੰਖਾਰ ਹੋ ਚੁੱਕੇ ਹਾਂ, ਅਸੀਂ ਇਸ ਵਕਤ ਇੰਨੇ ਕੁ ਜਾਨਲੇਵਾ ਬਣ ਚੁੱਕੇ ਹਾਂ ਕਿ ਸਾਨੂੰ ਆਪਣੇ ਪਰਾਏ ਦਾ ਕੋਈ ਫਰਕ ਹੀ ਨਹੀਂ ਰਿਹਾ। ਇਸ ਵਕਤ ਸਾਨੂੰ ਆਪਣਾ ਮੂਲ ਪਛਾਣਨ ਦੀ ਲੋੜ ਹੈ। ਤੁਸੀਂ ਸੁਖਬੀਰ ਬਾਦਲ ਹੋਰਾਂ ਦੇ ਉੱਤੇ, ਕੈਪਟਨ ਅਮਰਿੰਦਰ ਹੋਰਾਂ ਦੇ ਉੱਤੇ, ਕਿਸੇ ਹੋਰ ਛੋਟੇ ਵੱਡੇ ਨੇਤਾ ਦੇ ਉੱਤੇ ਭੋਰਾ ਮਾਣ ਨਾ ਕਰੋ। ਜੇਕਰ ਮਨੁੱਖੋਂ ਤਾਂ ਇਹ ਗੱਲ ਸਮਝੋ ਕਿ ਇਹਨਾਂ ਦੇ ਉੱਤੇ ਮਾਣ ਕਰਨ ਦੀ ਲੋੜ ਨਹੀਂ, ਆਪਣੀ ਅਕਲ ਦੇ ਉੱਤੇ ਮਾਣ ਕਰਨਾ ਸਿੱਖੋ। ਅਸੀਂ ਆਪਣੀ ਸੋਚ ਬਦਲਾਂਗੇ ਜੇਕਰ
ਤਾਂ ਸੰਸਾਰ ਬਦਲੇਗਾ। ਹੁਣ ਸੁਖਬੀਰ ਸਿੰਘ ਬਾਦਲ ਦੇ ਉੱਤੇ ਪਰਚਾ ਦਰਜ ਹੋਇਆ, ਇਹ ਪਰਚਾ ਆਉਂਦੇ ਸਮੇਂ ਦੇ ਵਿੱਚ ਰੱਦ ਹੋ ਜਾਣਾ ਇਸ ਗੱਲ ਦੀ ਪੂਰੀ ਪੂਰੀ ਸੰਭਾਵਨਾ, ਕਿਉਂਕਿ ਵੀਡੀਓ ਦੇ ਵਿੱਚ ਸੁਖਬੀਰ ਬਾਦਲ ਆਪ ਹਮਲਾ ਕਰਦੇ ਦਿਖਾਈ ਨਹੀਂ ਦਿੰਦੇ। ਪਰ ਸਵਾਲ ਫਿਰ ਉੱਥੇ ਆ ਜਾਂਦਾ ਵੀ ਭਾਵੇਂ ਪਰਚਾ ਦਰਜ ਹੋ ਗਿਆ ਅਤੇ ਭਾਵੇਂ ਪਰਚਾ ਰੱਦ ਹੋ ਜਾਵੇ, ਕੀ ਸਾਨੂੰ ਇਸ ਗੱਲ ਦਾ ਜ਼ਿੰਮਾ ਨਹੀਂ ਨਿਭਾਉਣਾ ਚਾਹੀਦਾ ਕਿ ਲੜਦਿਆਂ ਨੂੰ ਰੁਕ ਗਏ? ਖਬਰਾਂ ਦੇ ਉੱਤੇ ਵਿਚਾਰ ਚਰਚਾ ਦੋਸਤੋ ਅਸੀਂ ਇਸੇ ਤਰੀਕੇ ਨਾਲ ਜਾਰੀ ਰੱਖਾਂਗੇ, ਪਰ ਪਹਿਲਾਂ ਲੈਂਦੇ ਛੋਟੀ ਜਿਹੀ ਬ੍ਰੇਕ। ਵਕਫੇ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਦੋਸਤੋ। ਕੁਝ ਹੋਰ ਖਬਰਾਂ ਦੇ ਉੱਤੇ ਟਿੱਪਣੀਆਂ ਕਰਦੇ ਹਾਂ। ਸਾਧੂ ਸਿੰਘ ਧਰਮਸੋਤ ਜਿਹੜੇ ਕਿ ਪੰਜਾਬ ਦੇ ਕੈਬਨਿਟ ਮੰਤਰੀ ਆ, ਜਿਨ੍ਹਾਂ ਦੇ ਕੋਲ ਜੰਗਲਾਤ ਵਿਭਾਗ ਹੈ, ਉਹਨਾਂ ਦੀ ਫੋਟੋ ਲੁਧਿਆਣੇ ਦੇ ਵੱਲ ਪਾਇਲ ਤਹਿਸੀਲ ਦੇ ਇੱਕ ਪਿੰਡ ਦੇ ਵਿੱਚ ਫਲੈਕਸ ਦੇ ਉੱਤੇ, ਯਾਨੀ ਕਿ ਵੱਡੇ ਆਦਮਕੱਦ ਬੋਰਡ ਦੇ ਉੱਤੇ, ਜਦੋਂ ਆਮ ਆਦਮੀ ਪਾਰਟੀ ਦੇ ਬੋਰਡ ਦੇ ਉੱਤੇ ਦਿਸੀ ਤਾਂ ਰੌਲਾ ਪੈਣਾ ਕੁਦਰਤੀ ਸੀ। ਅਸੀਂ ਕੱਲ੍ਹ ਵੀ ਇਹ ਖਬਰ ਸਾਂਝੀ ਕੀਤੀ ਸੀ ਵੀ ਸਾਧੂ ਸਿੰਘ ਧਰਮਸੋਤ ਆਮ ਆਦਮੀ ਪਾਰਟੀ ਵਿੱਚ ਕਦੋਂ ਤੋਂ ਸ਼ਾਮਿਲ ਹੋ ਗਏ। ਆਮ ਆਦਮੀ ਪਾਰਟੀ ਦੇ ਵੱਲੋਂ ਇਹਦੇ ਮੁਤਲਕ ਹਾਲੇ ਤੱਕ ਕੋਈ ਸਫਾਈ ਨਹੀਂ ਦਿੱਤੀ ਗਈ, ਪਰ ਇਹ ਜ਼ਰੂਰ ਲੱਗਦਾ ਹੈ ਕਿ ਸਾਧੂ ਸਿੰਘ ਧਰਮਸੋਤ ਦੀ ਫੋਟੋ ਗਲਤੀ ਨਾਲ ਲੱਗ ਗਈ ਹੈ। ਪਰ ਕੁਝ ਕੁ ਰਾਜਨੀਤਿਕ ਮਾਹਰਾਂ ਨੇ ਇਹ ਵੀ ਗੱਲ ਕਹਿਣੀ ਸ਼ੁਰੂ ਕਰਤੀ ਹੈ ਵੀ ਕਾਂਗਰਸ ਦਾ ਅਤੇ ਆਮ ਆਦਮੀ ਪਾਰਟੀ ਦਾ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਗੱਠਜੋੜ ਹੋਣਾ, ਇਹ ਤਾਂ ਟੈਸਟ ਪਿੰਨ ਲਾ ਲਾ ਕੇ ਲੋਕਾਂ ਨੂੰ ਚੈੱਕ ਕੀਤਾ ਜਾ ਰਿਹਾ ਵੀ ਜੇਕਰ ਸਾਧੂ ਸਿੰਘ ਦੀ ਫੋਟੋ ਆਮ ਆਦਮੀ ਪਾਰਟੀ ਦੇ ਬੋਰਡ 'ਤੇ ਲੱਗੀ ਹੋਵੇ ਅਤੇ ਕਾਂਗਰਸ ਦੇ ਬੋਰਡ ਦੇ ਉੱਤੇ ਕਿਸੇ ਆਪ ਆਗੂ ਦੀ ਫੋਟੋ ਲੱਗੀ ਹੋਵੇ ਤਾਂ ਲੋਕਾਂ ਦਾ ਨਜ਼ਰੀਆ ਕੀ ਆ, ਲੋਕਾਂ ਨੂੰ ਟੋਹ ਕੇ ਦੇਖਿਆ ਜਾ ਰਿਹਾ। ਪਰ ਮੈਨੂੰ ਜ਼ਾਤੀ ਤੌਰ ਦੇ ਉੱਤੇ ਇਹ ਲੱਗਦਾ ਕਿ ਇਹ ਟੋਣ ਵਾਲੀ ਗੱਲ ਨਹੀਂ ਸੀ, ਇਹ ਗਲਤੀ ਵਾਲੀ ਗੱਲ ਹੈ। ਮੈਨੂੰ ਨਿੱਜੀ ਤੌਰ 'ਤੇ ਜਾਪਦਾ ਵੀ ਗੂਗਲ ਦੇ ਉੱਤੇ ਸਾਧੂ ਸਿੰਘ MP ਭਰਨਾ ਹੋਊਗਾ ਅਤੇ ਉੱਥੇ ਸਰਚ ਹੋ ਗਿਆ ਸਾਧੂ ਸਿੰਘ ਧਰਮਸੋਤ ਅਤੇ ਉਹ ਚੱਕ ਕੇ ਫੋਟੋ ਠੱਪ ਦਿੱਤੀ ਹੈ, ਉਹ ਲਗਾ ਦਿੱਤੀ ਹੈ, ਜਿਹਦੇ ਕਰਕੇ ਇਹ ਰੌਲਾ ਪਿਆ। ਪਰ ਸਵਾਲ ਫਿਰ ਉੱਥੇ ਆਣ ਖੜਦਾ ਕਿ ਲੱਭਣ ਵਾਲੇ ਵੀ ਉਹੋ ਜਿਹੇ, ਛਾਪਣ ਵਾਲੇ ਵੀ ਉਹੋ ਜਿਹੇ ਅਤੇ ਬੋਰਡ ਲਾਉਣ ਵਾਲੇ ਵੀ ਉਹੋ ਜਿਹੇ, ਕਿਸੇ ਨੇ ਖਿਆਲ ਹੀ ਨਹੀਂ ਕੀਤਾ ਵੀ ਸਾਧੂ ਸਿੰਘ ਧਰਮਸੋਤ ਦੇ ਵਿੱਚ ਅਤੇ ਪ੍ਰੋਫੈਸਰ ਸਾਧੂ ਸਿੰਘ ਦੇ ਵਿੱਚ ਬਹੁਤ ਵੱਡਾ ਫਰਕ ਹੈ। ਅਤੇ ਵੇਰਵਾ ਜਿਹੜਾ ਸਾਡੇ ਤੱਕ ਅਪਡੇਟ ਰਿਪੋਰਟ ਦਾ ਉਹ ਇਸ ਤਰੀਕੇ ਨਾਲ ਹੈ ਕਿ ਵੱਖ ਵੱਖ ਥਾਈਂ ਹਿੱਸਾ ਦਰਮਿਆਨ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸਮਤੀ ਦੀਆਂ ਚੋਣਾਂ ਦੇ ਅੰਸ਼ਕ ਤੌਰ ਦੇ ਉੱਤੇ ਨੇਪਰੇ ਚੜ੍ਹਨ ਦੀਆਂ ਖਬਰਾਂ ਆ ਗਈਆਂ ਨੇ, ਪਰ ਆਮ ਆਦਮੀ ਪਾਰਟੀ ਵਾਸਤੇ ਇਹ ਨਮੋਸ਼ੀ ਛੱਡ ਗਈਆਂ। ਦਰਅਸਲ ਆਪ ਉਮੀਦਵਾਰ ਦੇ ਪੋਸਟਰ ਦੇ ਵਿੱਚ ਕੈਪਟਨ ਸਰਕਾਰ ਦੇ ਮੰਤਰੀ ਦੀ ਤਸਵੀਰ ਨੇ ਪਾਰਟੀ ਦੇ ਕਾਂਗਰਸ ਨਾਲ ਹੋਣ ਵਾਲੇ ਕਥਿਤ ਸਮਝੌਤੇ ਦੀ ਚਰਚਾ ਫਿਰ ਤੋਂ ਛੁੱਟ ਦਿੱਤੀ ਹੈ। ਇਹ ਸਭ ਹੋਇਆ ਹੈ ਹਲਕਾ ਪਾਇਲ ਤੋਂ ਜ਼ਿਲ੍ਹਾ ਪ੍ਰੀਸ਼ਦ ਦੀ ਉਮੀਦਵਾਰ ਸੁਖਵਿੰਦਰ ਕੌਰ ਦੁਬਰਜੀ ਦੇ ਪ੍ਰਚਾਰ ਪੋਸਟਰ ਦੀ ਵਜ੍ਹਾ ਕਰਕੇ। ਦੁਬਰਜੀ ਨੇ ਆਪਣੇ ਪੋਸਟਰ ਦੇ ਵਿੱਚ ਜਿੱਥੇ ਪਾਰਟੀ ਦੇ ਕੌਮੀ ਕਨਵੀਨਰ ਕੇਜਰੀਵਾਲ, ਲੋਕ ਸਭਾ ਮੈਂਬਰ ਭਗਵੰਤ ਮਾਨ, ਵਿਧਾਇਕ ਹਰਵਿੰਦਰ ਸਿੰਘ ਫੂਲਕਾ, ਸੁਖਪਾਲ ਸਿੰਘ ਖਹਿਰਾ ਅਤੇ ਪ੍ਰੋਫੈਸਰ ਬਲਜਿੰਦਰ ਕੌਰ ਦੇ ਨਾਲ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦੀ ਫੋਟੋ ਲਾਈ ਹੈ। ਆਮ ਆਦਮੀ ਪਾਰਟੀ ਦੇ ਪੋਸਟਰ ਦੇ ਉੱਤੇ ਪੰਜਾਬ ਦੇ ਕੈਬਨਿਟ ਮੰਤਰੀ ਦੀ ਫੋਟੋ ਨੇ ਖਲਬਲੀ ਮਚਾ ਦਿੱਤੀ ਹੈ। ਆਪ ਉਮੀਦਵਾਰ ਸਾਧੂ ਸਿੰਘ ਧਰਮਸੋਤ ਦੀ ਫੋਟੋ ਲਾ ਕੇ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸਮਿਤੀ ਦੀਆਂ ਚੋਣਾਂ ਦੌਰਾਨ ਪ੍ਰਚਾਰ ਕਰਦੇ ਰਹੇ। ਪਿੱਛੇ ਜਿਹੇ ਦਿੱਲੀ ਦੇ ਵਿੱਚ ਕਾਂਗਰਸ ਦੇ ਆਪ ਵਿਚਕਾਰ ਗੱਠਜੋੜ ਦੀ ਗੱਲ ਚੱਲ ਰਹੀ ਸੀ, ਇਸ 'ਤੇ ਸਾਧੂ ਸਿੰਘ ਧਰਮਸੋਤ ਨੇ ਵੀ ਆਪਣਾ ਸਪਸ਼ਟੀਕਰਨ ਜਾਰੀ ਕਰ ਦਿੱਤਾ। ਉਹਨਾਂ ਨੇ ਪੰਜਾਬ ਦੇ ਵਿੱਚ ਕਿਸੇ ਵੀ ਤਰ੍ਹਾਂ ਦੇ ਗੱਠਜੋੜ ਤੋਂ ਸਾਫ਼ ਮਨਾ ਕੀਤਾ ਹੈ। ਧਰਮਸੋਤ ਨੇ ਕਿਹਾ ਕਿ ਉਹ ਆਮ ਆਦਮੀ ਪਾਰਟੀ ਤੋਂ ਇਸ ਪੋਸਟਰ ਦਾ ਜਵਾਬ ਮੰਗਣਗੇ। ਇਸ ਖਬਰ ਦੇ ਉੱਤੇ ਟਿੱਪਣੀ ਕਰਦਿਆਂ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਆਮ ਆਦਮੀ ਪਾਰਟੀ ਨੇ ਬਹੁਤ ਵੱਡੀ ਗਲਤੀ ਕੀਤੀ ਹੈ ਅਤੇ ਕਾਂਗਰਸੀ ਇਸ ਮਸਲੇ ਦੇ ਉੱਤੇ ਹਾਲੇ ਤੱਕ ਨਹੀਂ ਬੋਲੇ, ਇਹ ਉਹਨਾਂ ਦੀ ਉਸ ਤੋਂ ਵੀ ਵੱਡੀ ਗਲਤੀ ਹੈ। ਇੱਕ ਗੱਲ ਇਹ ਜ਼ਰੂਰ ਕਹਿਣੀ ਬਣਦੀ ਹੈ ਕਿ ਜਿਹੜੀਆਂ ਥਾਵਾਂ ਦੇ ਉੱਤੇ ਇਹ ਪੋਸਟਰ ਡਿਜ਼ਾਈਨ ਹੁੰਦੇ ਆ, ਉਹਨਾਂ ਦੇ ਵਿੱਚੋਂ ਕਈ ਵਾਰ ਇਹੋ ਜਿਹੇ ਡਿਜ਼ਾਈਨਰ ਵੀ ਹੁੰਦੇ ਆ ਜਿਨ੍ਹਾਂ ਨੂੰ ਪੰਜਾਬ ਦੀ ਰਾਜਨੀਤੀ ਦੇ ਬਾਬਤ ਪਤਾ ਨਹੀਂ ਹੁੰਦਾ। ਉਹਨਾਂ ਨੂੰ ਇਹ ਪਤਾ ਨਹੀਂ ਹੁੰਦਾ ਵੀ ਕਿਹੜੇ ਹਲਕੇ ਤੋਂ ਕਿਹੜਾ ਵਿਧਾਇਕ ਆ, ਕਿਹੜੇ ਹਲਕੇ ਤੋਂ ਕਿਹੜਾ ਚੇਅਰਮੈਨ ਆ, ਕਿਹੜੇ ਹਲਕੇ ਤੋਂ ਕਿਹੜਾ MP ਹੈ, ਕਿੰਨੀਆਂ ਵੋਟਾਂ ਦੇ ਫਰਕ ਨਾਲ ਜਿੱਤਿਆ, ਕਿਹੜੀ ਪਾਰਟੀ ਦੇ ਵੱਲੋਂ ਜਿੱਤਿਆ। ਉਹਨਾਂ ਨੇ ਸਰਚ ਕਰਨਾ ਅਤੇ ਬਾਅਦ ਦੇ ਵਿੱਚ ਜਿਹੜੀ ਫੋਟੋ ਲੱਭ ਗਈ ਉਹਨਾਂ ਨੇ ਠੱਪ ਦੇਣੀ ਹੈ। ਇਹੋ ਜਿਹੀਆਂ ਬਹੁਤ ਸਾਰੀਆਂ ਖਬਰਾਂ ਪਹਿਲਾਂ ਵੀ ਆਈਆਂ ਵੱਖ ਵੱਖ ਸੂਬਿਆਂ ਤੋਂ ਵੀ ਲਾਉਣੀ ਕਿਸੇ ਹੋਰ ਦੀ ਫੋਟੋ ਹੁੰਦੀ ਹੈ ਅਤੇ ਲਾ ਕਿਸੇ ਹੋਰ ਦੀ ਦਿੰਦੇ ਆ। ਮੰਨ ਲਓ ਤੁਸੀਂ ਸਾਧੂ ਸਿੰਘ ਸਰਚ ਕਰਨਾ, ਤੁਹਾਨੂੰ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਸਾਧੂ ਸਿੰਘ ਲੱਭ ਜਾਣੇ ਆ, ਪਰ ਇਹ ਤੁਸੀਂ ਦੇਖਣਾ ਵੀ ਇਹਦੇ 'ਚੋਂ ਕਿਹੜੇ ਸਾਧੂ ਸਿੰਘ ਦੀ ਤਸਵੀਰ ਅਸੀਂ ਵਰਤਣੀ ਹੈ। ਸਰਚ ਕਰਨ ਵਾਲਿਆਂ ਨੂੰ ਇੰਨੀ ਸਮਝ ਹੋਣੀ ਚਾਹੀਦੀ ਹੈ। ਪਰ ਉਸ ਤੋਂ ਵੱਡੀ ਗਲਤੀ ਉਹਨਾਂ ਲੋਕਾਂ ਦੀ ਹੈ ਜਿਹੜੇ ਪ੍ਰੂਫ ਰੀਡਿੰਗ ਕਰਦੇ ਆ, ਜਿਨ੍ਹਾਂ ਨੇ ਗਲਤੀ ਫੜਨੀ ਹੁੰਦੀ ਹੈ। ਉਹਨਾਂ ਨੇ ਇਹ ਦੇਖਣਾ ਹੁੰਦਾ ਵੀ ਤਸਵੀਰਾਂ ਸਹੀ ਲੱਗੀਆਂ, ਟਿਕਾਣੇ ਸਿਰ ਲੱਗੀਆਂ, ਇਹਨਾਂ ਦੇ ਨਾਵਾਂ ਦੇ ਵਿੱਚ ਕੋਈ ਅੱਖਰ ਤਾਂ ਨਹੀਂ ਗਲਤ, ਇਹਨਾਂ ਦੇ ਅਹੁਦਿਆਂ ਦੇ ਵਿੱਚ ਤਾਂ ਕੋਈ ਗਲਤੀ ਨਹੀਂ, ਮੋਬਾਈਲ ਨੰਬਰ ਠੀਕ ਨੇ, ਚੋਣ ਨਿਸ਼ਾਨ ਠੀਕ ਨੇ, ਤਰੀਕਾਂ ਸਾਰੀਆਂ ਠੀਕ ਹੈ, ਜਗ੍ਹਾ ਸਾਰੀਆਂ ਠੀਕ ਹੈ, ਅਤੇ ਉਸ ਤੋਂ ਬਾਅਦ ਇਹ ਛਪਾਈ ਦੇ ਲਈ ਜਾਂਦੇ ਆ ਅਤੇ ਅਖੀਰਲੇ ਤੌਰ ਦੇ ਉੱਤੇ ਜਿਹੜੇ ਲੋਕਾਂ ਨੇ ਇਹ ਪੋਸਟਰ ਕੰਧਾਂ ਦੇ ਉੱਤੇ ਲਾਉਣੇ ਆ, ਇਹ ਜਿਹੜੇ ਹੋਰਡਿੰਗਸ ਨੇ,
ਇਹ ਚੌਂਕਾਂ ਦੇ ਵਿੱਚ ਚੁਰਾਹਿਆਂ ਦੇ ਵਿੱਚ ਲਾਉਣੇ ਆ, ਉਹਨਾਂ ਦਾ ਜ਼ਿੰਮਾ ਬਣਦਾ ਕਿ ਉਹ ਇੱਕ ਵਾਰ ਫਿਰ ਝਾਤ ਮਾਰਨ, ਕਿਤੇ ਪੁੱਠੀ ਸਿੱਧੀ ਤਸਵੀਰ ਤਾਂ ਨਹੀਂ ਲੱਗ ਗਈ। ਸਾਧੂ ਸਿੰਘ ਧਰਮਸੋਤ ਨੇ ਕਿਹਾ ਕਿ ਮੈਂ ਇਸ ਪੋਸਟਰ ਦੇ ਲਈ ਆਪ ਤੋਂ ਜਵਾਬ ਮੰਗੂੰਗਾ। ਚੰਗੀ ਗੱਲ ਆ ਉਹ ਜਵਾਬ ਮੰਗਣ, ਪਰ ਪੰਜਾਬ ਦੀ ਰਾਜਨੀਤਿਕ ਆਬੋ ਹਵਾ ਦੇ ਵਿੱਚ ਇਸ ਗੱਲ ਦੇ ਛੁਟਕਾਰੇ ਬੜੇ ਲੈ ਜਾ ਰਹੇ ਆ। ਲੋਕ ਕਹਿੰਦੇ ਵੀ ਸਾਧੂ ਸਿੰਘ ਧਰਮਸੋਤ ਆ ਜਿਹੜਾ, ਉਹਨੂੰ ਕੈਬਨਿਟ ਮੰਤਰੀ ਦੀ ਕੁਰਸੀ ਚੰਗੀ ਨਹੀਂ ਲੱਗਦੀ, ਅਤੇ ਜਿਹੜੀ ਪਾਰਟੀ ਚਾਰ ਧੜਿਆਂ ਦੇ ਵਿੱਚ ਵੰਡੀ ਹੋਈ ਆ 20 ਵਿਧਾਇਕਾਂ ਦੇ ਕਰਕੇ, ਅਤੇ ਉਹ ਪਾਰਟੀ ਇਹਨਾਂ ਨੂੰ ਚੰਗੀ ਲੱਗਣ ਲੱਗ ਪਈ ਹੈ। ਲੋਕ ਕਹਿੰਦੇ ਵੀ ਸਾਧੂ ਸਿੰਘ ਸਾਧੂ ਸੁਭਾਅ ਦੇ ਰਹੇ ਨਹੀਂ। ਲੋਕ ਇਹ ਗੱਲ ਕਹਿੰਦੇ ਆ ਕਿ ਆਮ ਆਦਮੀ ਪਾਰਟੀ ਗਲਤੀਆਂ ਤਾਂ ਕਰਦੀ ਹੈ, ਪਰ ਇਹੋ ਜਿਹੀਆਂ ਗਲਤੀਆਂ ਵੀ ਕਰ ਜਾਂਦੀ ਹੈ, ਸਾਨੂੰ ਇਸ ਗੱਲ ਦੀ ਆਸ ਨਹੀਂ ਸੀ। ਜਦੋਂ ਤੋਂ ਭਾਰਤ ਦੇ ਵਿੱਚ ਭਾਜਪਾ ਦੀ ਸਰਕਾਰ ਆਈ ਹੈ, ਕਦੇ ਇਹੋ ਜਿਹੀ ਖਬਰ ਨਹੀਂ ਪ੍ਰਾਪਤ ਹੋਈ ਜਿਹਦੇ ਉੱਤੇ ਮਾਣ ਮਹਿਸੂਸ ਕੀਤਾ ਜਾ ਸਕੇ। ਦੁੱਖ ਜ਼ਰੂਰ ਮਹਿਸੂਸ ਕੀਤਾ ਜਾਂਦਾ ਕਿ ਫਲਾਣੀ ਚੀਜ਼ ਦੀ ਵੀ ਮਹਿੰਗਾਈ ਵੱਧ ਗਈ ਹੈ, ਫਲਾਣੀ ਚੀਜ਼ ਦੀ ਕੀਮਤ ਵੀ ਵੱਧ ਗਈ ਹੈ, ਫਲਾਣੀ ਚੀਜ਼ ਮਿਲਣੀ ਬੰਦ ਹੋ ਗਈ ਹੈ, ਧਰਮ ਦੇ ਨਾਂ ਦੇ ਉੱਤੇ ਫਲਾਣੀ ਥਾਂ 'ਤੇ ਲੜਾਈ ਹੋ ਚੁੱਕੀ ਹੈ, ਪਸ਼ੂ ਦੇ ਨਾਂ ਦੇ ਉੱਤੇ ਲੜਾਈ ਕਰਨ ਦੀ ਤਿਆਰੀ ਹੈ, ਫਲਾਣਾ ਹੋ ਗਿਆ, ਟਿੰਗੜਾ ਹੋ ਗਿਆ, ਪਰ ਕਦੇ ਸੁੱਖ ਦੀ ਖਬਰ ਨਹੀਂ ਆਈ। ਅੱਜ ਉੱਤਰਾਖੰਡ ਦੇ ਇੱਕ ਮੰਤਰੀ ਦੇ ਵੱਲੋਂ ਨਵੀਂ ਖੋਜ ਕੀਤੀ ਗਈ ਹੈ। ਉੱਤਰਾਖੰਡ ਦੇ ਵਿੱਚ ਆਪਾਂ ਜਾਣਦੇ ਹਾਂ ਵੀ ਭਾਜਪਾ ਦੀ ਸਰਕਾਰ ਹੈ, ਜਿੱਥੇ ਭਾਜਪਾ ਦੀ ਸਰਕਾਰ ਹੋਵੇ ਉੱਥੇ ਗਾਂ ਦੀ ਬਾਤ ਤਾਂ ਪੈਣੀ ਪੈਣੀ ਆ। ਅਸੀਂ ਕੋਈ ਗਾਂ ਦੇ ਦੋਖੀ ਨਹੀਂ ਹਾਂ, ਅਸੀਂ ਵੀ ਘਰ ਦੇ ਵਿੱਚ ਗਾਵਾਂ ਰੱਖਦੇ ਰਹੇ ਹਾਂ। ਕਿਸਾਨੀ ਦਾ ਤਾਂ ਗਊਆਂ ਦੇ ਨਾਲ, ਪਸ਼ੂਆਂ ਨਾਲ ਸਭ ਤੋਂ ਵੱਧ ਨੇੜੇ ਦਾ ਨਾਤਾ ਹੈਗਾ, ਪਰ ਜਿਹੜੇ ਲੋਕ ਰਾਮ ਦੁਹਾਈ ਪਾਉਂਦੇ ਆ ਉਹ ਰਾਮ ਦੀ ਗੱਲ ਵੀ ਕਰਦੇ, ਦੁਹਾਈ ਦੀ ਗੱਲ ਵੀ ਕਰਦੇ ਆ, ਪਰ ਗਾਂ ਦੀ ਗੱਲ ਕਰਦਿਆਂ ਕਰਦਿਆਂ ਆਪਣੇ ਅਸੂਲ ਅਤੇ ਆਪਣੀਆਂ ਜ਼ਿੰਮੇਵਾਰੀਆਂ ਭੁੱਲ ਜਾਂਦੇ ਆ। ਉੱਤਰਾਖੰਡ ਦੀ ਵਿਧਾਨ ਸਭਾ ਦੇ ਵਿੱਚ ਇੱਕ ਮਤਾ ਪਾਸ ਹੋਇਆ ਕਿ ਗਊ ਨੂੰ ਰਾਸ਼ਟਰੀ ਮਾਂ ਦਾ ਰੁਤਬਾ ਦੇਣਾ ਚਾਹੀਦਾ। ਇਹ ਗੱਲ ਕਹੀ ਗਈ ਹੈ ਕਿ ਗਾਂ ਇਕਲੌਤਾ ਇਹੋ ਜਿਹਾ ਪਸ਼ੂ ਹੈ ਜਿਹੜਾ ਆਕਸੀਜਨ ਹੀ ਖਿੱਚਦਾ ਅਤੇ ਮੋੜਵੇਂ ਰੂਪ 'ਚ ਆਕਸੀਜਨ ਹੀ ਛੱਡਦਾ। ਇਹ ਚਮਤਕਾਰੀ ਪਸ਼ੂ ਹੈ। ਮੈਂ ਸੋਚੀ ਜਾਂਦਾ ਕਿ ਇਉਂ ਤਾਂ ਪਿੱਪਲ ਆਕਸੀਜਨ ਖਿੱਚਦਾ ਵੀ ਹੈ ਅਤੇ ਆਕਸੀਜਨ ਛੱਡਦਾ ਵੀ ਹੈ, ਇਹਦਾ ਮਤਲਬ ਉਹ ਵੀ ਸਾਡਾ ਰਾਸ਼ਟਰੀ ਪਿਓ ਬਣਨਾ ਚਾਹੀਦਾ, ਕਿਉਂਕਿ ਪਿੱਪਲ ਨੂੰ ਅਸੀਂ ਪਿਓ ਵਰਗਾ ਸਮਝ ਗਏ। ਸ਼ਾਇਦ ਭਾਜਪਾ ਦਾ ਇਸ ਪਾਸੇ ਵੱਲ ਖਿਆਲ ਨਹੀਂ ਗਿਆ। ਜਿਹੜੀ ਰਿਪੋਰਟ ਆਈ ਹੈ ਇਹ ਹਾਸਾ ਵੀ ਪੈਦਾ ਕਰਦੀ ਹੈ ਅਤੇ ਭਾਜਪਾ ਦੇ ਆਗੂਆਂ ਦੀ ਸੋਚ ਦੇ ਉੱਤੇ ਵੀ ਸਵਾਲ ਖੜ੍ਹੇ ਕਰਦੀ ਹੈ। ਬੀਜੇਪੀ ਦੀ ਉੱਤਰਾਖੰਡ ਸਰਕਾਰ ਨੇ ਦਾਅਵਾ ਕੀਤਾ ਕਿ ਗਾਂ ਇਕਲੌਤਾ ਅਜਿਹਾ ਪਸ਼ੂ ਹੈ ਜਿਹੜਾ ਸਿਰਫ ਆਕਸੀਜਨ ਲੈਂਦਾ ਹੀ ਨਹੀਂ ਸਗੋਂ ਆਕਸੀਜਨ ਪੈਦਾ ਵੀ ਕਰਦਾ, ਇਸ ਲਈ ਗਾਂ ਨੂੰ ਰਾਸ਼ਟਰ ਮਾਤਾ ਦਾ ਰੁਤਬਾ ਮਿਲਣਾ ਚਾਹੀਦਾ। ਇਸ ਸੰਬੰਧੀ ਉੱਤਰਾਖੰਡ ਵਿਧਾਨ ਸਭਾ ਦੇ ਵਿੱਚ ਬਕਾਇਦਾ ਮਤਾ ਪਾਸ ਕਰਦਿਆਂ ਗਾਂ ਨੂੰ ਰਾਸ਼ਟਰ ਮਾਤਾ ਦਾ ਰੁਤਬਾ ਦੇਣ ਦੀ ਮੰਗ ਕੀਤੀ ਗਈ ਹੈ। ਹੁਣ ਇਹ ਮਤਾ ਕੇਂਦਰ ਕੋਲ ਭੇਜਿਆ ਜਾਵੇਗਾ। ਸੂਬੇ ਦੇ ਪਸ਼ੂ ਪਾਲਣ ਮੰਤਰੀ ਰੇਖਾ ਆਰੀਆ ਵੱਲੋਂ ਪੇਸ਼ ਕੀਤੇ ਗਏ ਇਸ ਮਤੇ ਨੂੰ ਸੱਤਾਧਾਰੀ ਧਿਰ ਅਤੇ ਵਿਰੋਧੀ ਧਿਰ ਨੇ ਸਰਬਸੰਮਤੀ ਨਾਲ ਪਾਸ ਕਰ ਦਿੱਤਾ ਹੈ। ਬੀਜੇਪੀ ਮੰਤਰੀ ਰੇਖਾ ਆਰੀਆ ਨੇ ਕਿਹਾ ਗਾਂ ਨੂੰ ਮਾਂ ਦੇ ਤੌਰ 'ਤੇ ਮੰਨਿਆ ਜਾਣਾ ਚਾਹੀਦਾ, ਕਿਉਂਕਿ ਨਵਜੰਮੇ ਬੱਚੇ ਲਈ ਮਾਂ ਦੇ ਦੁੱਧ ਤੋਂ ਬਾਅਦ ਗਾਂ ਦਾ ਦੁੱਧ ਹੀ ਬਿਹਤਰ ਸਮਝਿਆ ਜਾਂਦਾ ਹੈ। ਗਾਂ ਨੂੰ ਰਾਸ਼ਟਰ ਮਾਤਾ ਦਾ ਦਰਜਾ ਦੇਣ ਨਾਲ ਦੇਸ਼ ਭਰ ਦੇ ਵਿੱਚ ਗਊ ਰੱਖਿਆ ਦੇ ਯਤਨਾਂ ਨੂੰ ਹੋਰ ਤਾਕਤ ਮਿਲੇਗੀ। ਇਸ ਖਬਰ ਦੇ ਉੱਤੇ ਟਿੱਪਣੀ ਕਰਦਿਆਂ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਭਾਜਪਾ ਦੇ ਮੰਤਰੀਆਂ ਦੇ ਉੱਤੇ ਹੈਰਾਨੀ ਨਹੀਂ ਹੋਣੀ ਚਾਹੀਦੀ। ਇਹ ਕੋਲੰਬਸ ਨੂੰ ਮਾਤ ਪਾਉਣ ਵਾਲੇ ਲੋਕ ਹੈ। ਇਹਨਾਂ ਲੋਕਾਂ ਦੇ ਉੱਤੇ ਹੈਰਾਨੀ ਇਸ ਕਰਕੇ ਨਹੀਂ ਹੋਣੀ ਚਾਹੀਦੀ ਕਿਉਂਕਿ ਇਹ ਆਈਨਸਟਾਈਨ ਦੀਆਂ ਖੋਜਾਂ ਨੂੰ ਪਰੇ ਕਰਨ ਵਾਲੇ ਲੋਕ ਹੈ। ਤੁਸੀਂ ਦੇਖੋ ਵੀ ਜਿਹੜੇ ਦੇਸ਼ ਦੇ ਵਿੱਚ ਪ੍ਰਧਾਨ ਮੰਤਰੀ ਇਹ ਗੱਲ ਕਹਿੰਦਾ ਹੋਵੇ ਕਿ ਭਾਰਤ ਦੇ ਅੰਦਰ ਸਭ ਤੋਂ ਪਹਿਲਾਂ ਪਲਾਸਟਿਕ ਸਰਜਰੀ ਦੀ ਸ਼ੁਰੂਆਤ ਹੋਈ ਸੀ, ਗਣੇਸ਼ ਦਾ ਜਿਹੜਾ ਸਿਰ ਆ ਉਹ ਪਲਾਸਟਿਕ ਸਰਜਰੀ ਦੇ ਰੂਪ ਦੇ ਵਿੱਚ ਲਾਇਆ ਗਿਆ ਸੀ, ਉਸ ਦੇਸ਼ ਦੇ ਵਿੱਚ ਅਸੀਂ ਵਿਗਿਆਨ ਦੀ ਆਸ ਕਿਵੇਂ ਕਰ ਸਕਦੇ ਹਾਂ। ਜਿਹੜੇ ਦੇਸ਼ ਦੇ ਵਿੱਚ ਇਹ ਗੱਲ ਕਹੀ ਜਾਂਦੀ ਹੋਵੇ ਕਿ ਨਾਰਦ ਮੁਨੀ ਭਾਰਤ ਦਾ ਪਹਿਲਾ ਪੱਤਰਕਾਰ ਸੀ, ਉਹ ਖਬਰਾਂ ਇੱਕ ਤੋਂ ਦੂਜੇ ਥਾਂ ਤੱਕ ਪਹੁੰਚਾਉਂਦਾ ਸੀ, ਅਤੇ ਜਿਹੜੇ ਦੇਸ਼ ਦੇ ਵਿੱਚ ਭਾਜਪਾ ਦੇ ਮੰਤਰੀ ਇਹ ਗੱਲ ਕਹਿੰਦੇ ਹੋਣ ਕਿ ਭਾਰਤ ਦੇ ਵਿੱਚ ਜਦੋਂ ਮਹਾਂਭਾਰਤ ਦਾ ਯੁੱਧ ਹੋਇਆ ਉਸ ਵਕਤ GPS ਸਿਸਟਮ ਵੀ ਸੀ, ਮਹਾਂਭਾਰਤ ਦੇ ਵੇਲੇ ਵੀ ਇੰਟਰਨੈੱਟ ਦੀ ਸਹੂਲਤ ਸੀ, ਅਤੇ ਫਿਰ ਸਾਰਾ ਕੁਝ ਦੇਖ ਪਰਖ ਕੇ GPS ਦੇ ਹਵਾਲੇ ਰਾਹੀਂ ਅਤੇ ਉਰੇ ਪਰੇ ਨੂੰ ਹੋਇਆ ਜਾਂਦਾ ਸੀ। ਉਸ ਦੇਸ਼ ਦੇ ਵਿੱਚ ਅਸੀਂ ਤਰਕ ਦੀ ਅਤੇ ਵਿਗਿਆਨ ਦੀ ਬਾਤ ਕਿਵੇਂ ਪਾ ਸਕਦੇ ਹਾਂ। ਜਿਹੜੇ ਦੇਸ਼ ਦੇ ਵਿੱਚ ਇਹ ਗੱਲ ਕਹੀ ਜਾਂਦੀ ਹੋਵੇ ਕਿ ਗਾਂ ਆਕਸੀਜਨ ਖਿੱਚਦੀ ਹੈ ਅਤੇ ਗਾਂ ਆਕਸੀਜਨ ਛੱਡਦੀ ਹੈ, ਇਹ ਰਾਸ਼ਟਰੀ ਮਾਂ ਬਣਾ ਦਿਓ। ਜਿਹੜੇ ਦੇਸ਼ ਦੇ ਵਿੱਚ ਗਾਂ ਦੀ ਖਾਤਰ ਬੰਦੇ ਮਰਦੇ ਹੋਣ, ਜਿਹੜੇ ਦੇਸ਼ ਦੇ ਵਿੱਚ ਵਿਧਾਨ ਸਭਾ ਦੇ ਵਿੱਚ ਮਤੇ ਗਾਂ ਦੀ ਖਾਤਰ ਪਾਸ ਹੁੰਦੇ ਹੋਣ, ਅਤੇ ਜਿਹੜੇ ਦੇਸ਼ ਦੇ ਵਿੱਚ ਗਾਂ ਦੀ ਖਾਤਰ ਲੋਕ ਕੁੱਕੜਾਂ ਵਾਂਗੂ ਲੜਦੇ ਹੋਣ, ਉਸ ਦੇਸ਼ ਦੇ ਵਿੱਚ ਅਸੀਂ ਭਲੇ ਦੀ, ਚੰਗਿਆਈ ਦੀ, ਲੋਕ ਪੱਖੀ ਗੱਲਾਂ ਦੀ ਕਾਮਨਾ ਕਿਵੇਂ ਕਰ ਸਕਦੇ ਹਾਂ। ਜੇ ਕਾਮਨਾ ਵੀ ਕਰਦੇ ਹਾਂ ਤਾਂ ਇਹਦਾ ਕਿਆਸ ਕਿਵੇਂ ਕਰ ਸਕਦੇ ਹਾਂ ਕਿ ਸਾਡੀਆਂ ਉਮੀਦਾਂ ਨੂੰ ਬੂਰ ਪਾਊਗਾ। ਸੋ ਲੋਕ ਆ ਜਿਹੜੇ ਇਸ ਵਕਤ ਕਈ ਤਰ੍ਹਾਂ ਦੀ ਦੁਚਿੱਤੀ ਦੇ ਵਿੱਚ ਫਸੇ ਹੋਏ ਆ। ਇਸ ਵਕਤ ਭਾਜਪਾਈਆਂ ਨੂੰ ਇਸ ਗੱਲ ਦਾ ਫਿਕਰ ਨਹੀਂ ਹੈ ਕਿ ਪੈਟਰੋਲ ਦੀਆਂ ਕੀਮਤਾਂ ਨੂੰ ਅੱਗ ਲੱਗੀ ਪਈ ਹੈ, ਇਹਨਾਂ ਨੂੰ ਗਾਂ ਦਾ ਫਿਕਰ ਹੈ ਕਿ ਇਹਨੂੰ ਮਾਂ ਕਿਉਂ ਨਹੀਂ ਮੰਨਿਆ ਜਾਂਦਾ। ਇਹਨਾਂ ਨੂੰ ਇਸ ਗੱਲ ਦਾ ਫਿਕਰ ਨਹੀਂ ਕਿ ਰਸੋਈ ਗੈਸ ਲੋਕਾਂ ਦੀ ਪਹੁੰਚ ਵਿੱਚੋਂ ਬਾਹਰ ਹੋ ਗਈ ਹੈ। ਇਹਨਾਂ ਨੂੰ ਫਿਕਰ ਇਹ ਹੈ ਵੀ ਗਾਂ ਆਕਸੀਜਨ ਜਦੋਂ ਛੱਡਦੀ ਵੀ ਹੈ ਤਾਂ ਫਿਰ ਆਪਾਂ ਇਹਨੂੰ ਘਰਾਂ ਦੇ ਵਿੱਚ ਬੰਨਦੇ ਕਿਉਂ ਨਹੀਂ।
ਆਪਾਂ ਇਹਨੂੰ ਮਾਂ ਕਿਉਂ ਨਹੀਂ ਕਹਿੰਦੇ, ਇਹਨੂੰ ਪੀੜਾ ਕਿਉਂ ਨਹੀਂ ਚਾਰਦੇ? ਸਾਡੇ ਭਾਰਤ ਦੀ ਇਹ ਬਦਕਿਸਮਤੀ ਹੈ ਕਿ ਜਿਹੜੇ ਕੰਮਾਂ ਦੇ ਲਈ ਅਸੀਂ ਇਹਨਾਂ ਲੋਕਾਂ ਨੂੰ ਚੁਣਦੇ ਹਾਂ ਉਹ ਤਾਂ ਇਹ ਕੰਮ ਕਦੇ ਕਰਦੇ ਨਹੀਂ, ਅਤੇ ਜਿਹੜੇ ਕੰਮਾਂ ਤੋਂ ਅਸੀਂ ਨਫ਼ਰਤ ਕਰਦੇ ਹਾਂ ਉਹ ਇਹ ਪਹਿਲ ਦੇ ਆਧਾਰ ਦੇ ਉੱਤੇ ਕਰਦੇ ਆ। ਜਾਣੇ ਜਾਣੇ ਦੋਸਤੋ, ਜੇਕਰ ਅਸੀਂ ਪੰਜਾਬ ਦੇ ਮੌਸਮ ਦੀ ਬਾਤ ਪਾਈਏ ਤਾਂ ਮੌਸਮ ਅੱਜ ਪੰਜਾਬ ਦਾ ਬੇਹੱਦ ਗਰਮ ਰਿਹਾ। ਸਵੇਰ ਤੋਂ ਲੈ ਕੇ ਸ਼ਾਮ ਤੱਕ ਸੂਰਜ ਦੀ ਟਿੱਕੀ ਨੇ ਚੰਗਾ ਰੰਗ ਦਿਖਾਇਆ। ਮੌਸਮ ਵਿਭਾਗ ਨੇ ਇਹ ਪੇਸ਼ੀਨਗੋਈ ਕੀਤੀ ਹੈ ਕਿ ਪੰਜਾਬ ਦੇ ਵਿੱਚ ਆਉਂਦੇ 48 ਘੰਟਿਆਂ ਦੇ ਵਿੱਚ ਮੌਸਮ ਖੁਸ਼ਕ ਅਤੇ ਗਰਮ ਰਹਿਣ ਦੀ ਸੰਭਾਵਨਾ। ਅਸੀਂ ਜਦੋਂ ਅੱਜ ਕੁਝ ਕਿਸਾਨਾਂ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਇਸ ਵਕਤ ਮੀਂਹ ਦੀ ਲੋੜ ਵੀ ਨਹੀਂ ਹੈ ਫਸਲ ਦੇ ਹਿਸਾਬ ਦੇ ਨਾਲ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਝੋਨੇ ਦੀ ਫਸਲ ਆ ਜਿਹੜੀ ਉਹ ਹੌਲੀ ਹੌਲੀ ਹੁਣ ਪੱਕਣ 'ਤੇ ਆ ਰਹੀ ਹੈ, ਅਤੇ ਜੇਕਰ ਇਸ ਵੇਲੇ ਮੀਂਹ ਪੈਂਦਾ ਤਾਂ ਸਾਡਾ ਆਰਥਿਕ ਤੌਰ ਦੇ ਉੱਤੇ ਲੱਕ ਟੁੱਟ ਸਕਦਾ। ਬਾਕੀ ਜਿਵੇਂ ਅਸੀਂ ਅਕਸਰ ਕਹਿੰਦੇ ਹੁੰਦੇ ਹਾਂ, ਕੁਦਰਤ ਦਾ ਥਾਂ ਕਦੇ ਪਾਇਆ ਜਾ ਨਹੀਂ ਸਕਦਾ, ਕੁਦਰਤ ਨੇ ਕੀ ਕਰਨਾ ਇਹ ਕੁਦਰਤ ਦੇ ਉੱਤੇ ਗੱਲ ਛੱਡਣੀ ਚਾਹੀਦੀ ਹੈ। ਪਰ ਮੌਸਮ ਵਿਭਾਗ ਨੇ ਕਿਹਾ ਕਿ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਆਉਂਦੇ 48 ਘੰਟਿਆਂ ਦੇ ਵਿੱਚ ਵੀ। ਖਬਰਾਂ ਦੋਸਤੋ ਕਈ ਹੋਰ ਵੀ ਸਨ, ਪਰ ਜੋ ਵਕਤ ਦੀ ਘਾਟ ਹੈ ਰੁਕਣ ਦਾ ਇਸ਼ਾਰਾ ਕਰ ਰਹੀ ਹੈ। ਕੱਲ੍ਹ ਨੂੰ ਇਸੇ ਵੇਲੇ ਪ੍ਰੋਗਰਾਮ ਖਬਰ ਦੀ ਖਬਰ ਲੈ ਕੇ ਮੁੜ ਹਾਜ਼ਰ ਹੋਵਾਂਗੇ। ਤੁਸੀਂ ਲਗਾਤਾਰ ਦੇਖਦੇ ਰਹੋ ਪ੍ਰਾਈਮੇਸ਼ੀਆ ਟੀਵੀ, ਤੁਹਾਡਾ ਆਪਣਾ ਤੁਹਾਡੇ ਲਈ। ਹੁਣ ਹਰ ਰੋਜ਼ ਆਪਣੇ ਫੇਵਰਿਟ ਸ਼ੋਅ ਦੇਖਣ ਲਈ ਹੋਵੇਗੀ ਭੱਜ ਨੱਠ, ਕਿਉਂਕਿ ਬ੍ਰਿਟ ਏਸ਼ੀਆ ਤੇ ਪ੍ਰਾਈਮ ਏਸ਼ੀਆ ਨੇ ਮਿਲਾ ਲਏ ਨੇ ਹੱਥ 9 ਅਗਸਤ ਥਰਸਡੇ ਤੋਂ ਆਨਵਰਡਸ। ਹਰ ਰੋਜ਼ ਦੇਖੋ ਪ੍ਰਾਈਮ ਏਸ਼ੀਆ ਟੀਵੀ ਦੇ ਹਿੱਟ ਸ਼ੋਅਜ਼ ਹੁਣ ਬ੍ਰਿਟ ਏਸ਼ੀਆ ਟੀਵੀ ਤੇ। ਦੇਸ਼ ਦੁਨੀਆ ਦੀਆਂ ਖਬਰਾਂ ਲਈ ਪ੍ਰਾਈਮ ਨਿਊਜ਼ ਸਵੇਰੇ 7 ਵਜੇ, ਪ੍ਰਾਈਮ ਵੁਮਨ ਬੇਸਡ ਔਨ ਵੁਮਨਸ ਇਸ਼ੂਜ਼ ਸਵੇਰੇ 7:30 ਵਜੇ, ਕਲਚਰਲ ਸ਼ੋਅ ਵਿਦ ਮਿਊਜ਼ਿਕ ਪ੍ਰਾਈਮ ਜ਼ਿੰਦਗੀ ਸਵੇਰੇ 8 ਵਜੇ, ਰਿਲੀਜੀਅਸ ਇਸ਼ੂਜ਼ ਲਈ ਪ੍ਰਾਈਮ ਚਰਚਾ ਤੇ ਐਂਟਰਟੇਨਮੈਂਟ ਲਈ ਪ੍ਰਾਈਮ ਟਾਈਮ ਸਵੇਰੇ 9 ਵਜੇ, ਬੇਸਡ ਔਨ ਡੇਲੀ ਕਰੰਟ ਪੋਲੀਟੀਕਲ ਇਸ਼ੂਜ਼ ਪ੍ਰਾਈਮ ਫੋਕਸ ਸ਼ਾਮ 5 ਵਜੇ, ਜੱਜ ਦਾ ਵਿਚਾਰ ਮਿਊਜ਼ੀਕਲ ਕਾਮੇਡੀ ਸ਼ੋਅ ਐਂਡ ਇੰਟਰਵਿਊਜ਼ ਵਿਦ ਪੰਜਾਬੀ ਸਟਾਰਸ ਸ਼ਾਮ 6 ਵਜੇ, ਬੇਤੜਕ ਤੇ ਪੱਖਪਾਤ ਰਹਿਤ ਸੀਨੀਅਰ ਪੱਤਰਕਾਰ ਜਤਿੰਦਰ ਪੰਨੂ ਜੀ ਦਾ ਸ਼ੋਅ ਪ੍ਰਾਈਮ ਡਿਸਕਸ਼ਨ ਦੇਖੋ ਸ਼ਾਮ 7 ਵਜੇ, ਤੇ ਕੀ ਰਿਹਾ ਅਖਬਾਰਾਂ ਦੀਆਂ ਸੁਰਖੀਆਂ 'ਚ ਦੱਸਣਗੇ ਸਵਰਨ ਟੈਣਾ, ਖਬਰ ਦੀ ਖਬਰ ਸ਼ਾਮ 7:30 ਵਜੇ। ਸੋ 50 ਦੇ ਕਰੀਬ ਦੇਸ਼ਾਂ 'ਚ ਵਸਦੇ ਪੰਜਾਬੀਆਂ ਦੇ ਟੀਵੀ ਸੈੱਟਸ ਤੇ ਸਕਾਈ ਟੀਵੀ ਚੈਨਲ 743, ਵਰਜਨ ਟੀਵੀ ਚੈਨਲ 840, ਪ੍ਰੀਵਿਊ ਚੈਨਲ ਨੰਬਰ 264 ਤੇ 9 ਅਗਸਤ 2018 ਤੋਂ ਆਨਵਰਡਸ। ਬ੍ਰਿਟਿਸ਼ ਏਸ਼ੀਆ ਟੀਵੀ ਹੈ ਜਿੱਥੇ, ਪ੍ਰਾਈਮ ਏਸ਼ੀਆ ਟੀਵੀ ਹੈ ਉੱਥੇ।